ਸ਼੍ਰੋਮਣੀ ਅਕਾਲੀ ਦਲ ਅਤੇ ਬੀਜੇਪੀ ਦਾ ਗੱਠਜੋੜ ਕਦੋਂ ਹੋ ਰਿਹਾ? ਦੇਖੋ ਮੈਂ ਤਾਂ ਤੁਹਾਡੇ ਵਰਗਾ ਹੀ ਹਾਂ, ਦੇਖਣ ਵਾਲਾ ਸੁਣਨ ਵਾਲਾ, ਚਰਚਾ ਮੈਂ ਵੀ ਸੁਣ ਲੈਂਦਾ ਹਾਂ ਅਤੇ ਬਾਕੀ ਅੱਜ ਹੋ ਗਿਆ ਕੱਲ੍ਹ ਹੋ ਗਿਆ ਇਹ ਵੀ ਸੁਣ ਲਈਦਾ ਆ ਅਤੇ ਬਾਕੀ ਰਾਜਨੀਤਿਕ ਤੁਸੀਂ ਬਿਆਨ ਦਿੰਦੇ ਹੋ ਤੁਸੀਂ, ਤੁਹਾਨੂੰ ਪਤਾ ਸਾਰਾ। ਮੇਰੀ ਸੱਸ ਸੁਖਬੀਰ ਸਿੰਘ ਬਾਦਲ ਹੋਰਾਂ ਨਾਲ ਜਾਣ ਕੇ ਚਲੋ ਅਸੀਂ ਛੇੜ ਕੇ ਪੁੱਛ ਲਈਦਾ। ਹਾਂਜੀ ਉਹ ਹੱਸੇ ਨਾਲ ਕਹਿੰਦੇ ਕਿ ਆਪਣੇ ਦੋਵਾਂ ਚੋਂ ਬੰਦਿਆਂ ਨੂੰ ਜ਼ਿਆਦਾ ਚੜਿਆ ਵੀ ਗੱਠਜੋੜ ਹੋ ਗਿਆ ਕਿ ਨਹੀਂ ਹੋ ਗਿਆ, ਹੋ ਜੂਗਾ ਕਿ ਨਹੀਂ ਹੋ ਜੂਗਾ ਜਾਂ ਹੋ ਜੂਗਾ। ਹਾਂ ਅੰਦੇ ਇਹੋ ਜਿਹੀ ਗੱਲ ਕੋਈ ਨਹੀਂ ਹੈਗੀ, ਬਾਕੀ ਰਾਜਨੀਤੀ ਦੇ ਵਿੱਚ ਕੁਛ ਵੀ ਸੰਭਵ ਹੁੰਦਾ ਹੈ। ਪਰ ਦੇਖੋ ਅਕਾਲੀ ਦਲ ਵਾਸਤੇ ਭਾਵੇਂ ਠੀਕ ਆ ਕਿ ਸਾਡੀ ਰਾਜਨੀਤਿਕ ਸਾਂਝ ਰਹੀ ਹੈ, ਉਹਦਾ ਐਡਵਾਂਟੇਜ ਵੀ ਹੈ ਦੋਨਾਂ ਧਿਰਾਂ ਨੂੰ, ਪਰ ਸਾਡੇ ਭਾਰਤੀ ਜਨਤਾ ਪਾਰਟੀ ਨੂੰ ਲੈ ਕੇ ਵੀ ਸਾਡੀਆਂ ਕੁਛ ਸ਼ਿਕਾਇਤਾਂ ਨੇ, ਕੁਛ ਮੁੱਦੇ ਨੇ। ਕਿਸਾਨੀ ਵਾਲੇ ਤਾਂ ਹੈਗੇ ਹੀ ਆ, ਠੀਕ ਹੈ ਨਾ, ਜਿਹੜੀਆਂ ਤੁਸੀਂ ਗੱਲਾਂ ਕਰ ਸਕਦੇ ਜੇ ਜਿਹੜੀਆਂ ਹੋਣੀਆਂ ਚਾਹੀਦੀਆਂ ਨੇ ਜਿਹੜੀਆਂ ਜਾਇਜ਼ ਨੇ ਘੱਟੋ ਘੱਟ ਉਹ ਤਾਂ ਲਾਗੂ ਹੋਣੀਆਂ ਚਾਹੀਦੀਆਂ। ਜਿੰਨੇ ਕੁ ਸਾਨੂੰ ਸੂਤਰ ਦੱਸ ਰਹੇ ਨੇ ਵਲਟੋਆ ਸਾਹਿਬ ਕਹਿੰਦੇ ਕਿ ਦੋ ਸੀਟਾਂ ਦੇ ਉੱਪਰ ਪੇਚ ਫਸਿਆ ਪਿਆ ਅਤੇ ਨਾਲ ਬੰਦੀ ਸਿੰਘਾਂ ਦੀ ਗੱਲ ਹੋ ਰਹੀ ਆ ਵੀ ਬੰਦੀ ਸਿੰਘਾਂ ਨੂੰ ਛੱਡਿਆ ਜਾਵੇ, ਅਸੀਂ ਤੁਹਾਡੇ ਨਾਲ ਚੱਲਣ ਨੂੰ ਤਿਆਰ ਹਾਂ। ਮੇਰੀ ਸੁਣੋ ਜੀ, ਦੇਖੋ ਮੋਟੀ ਜਿਹੀ ਗੱਲ ਹੈ, ਕਿਸਾਨੀ ਦੇ ਮਸਲੇ ਵੀ ਹੈ, ਪੰਜਾਬ ਦੇ ਹੋਰ ਮਸਲੇ ਵੀ ਹੈ, ਕੌਮ ਦੇ ਵੀ ਮਸਲੇ ਆ, ਬੜੇ ਵੱਡੇ ਪੱਧਰ 'ਤੇ ਮਸਲੇ ਆ, ਪਰ ਸਭ ਤੋਂ ਵੱਡਾ ਮਸਲਾ ਜੇ ਪੰਥ ਅਤੇ ਪੰਜਾਬ ਦਾ ਕਹਿ ਲਈਏ ਉਹ ਹੈਗਾ ਬੰਦੀ ਸਿੰਘਾਂ ਦਾ, ਠੀਕ ਹੈ। ਜਿਹੜਾ ਅਕਾਲੀ ਦਲ ਜਿਹੜਾ ਆ ਵੀ ਚਾਹੁੰਦਾ ਹੈ ਕਿ ਏਡੀ ਵੱਡੀ ਬੇਇਨਸਾਫੀ ਜਿਹੜੀ ਹੈ, ਹਾਂਜੀ, ਉਹ ਨਹੀਂ ਹੋਣੀ ਚਾਹੀਦੀ, ਕਿਉਂਕਿ ਕੇਂਦਰ ਸਰਕਾਰ ਜਿਹੜੀ ਹੈ ਉਹਨਾਂ ਨੇ ਨੋਟੀਫਿਕੇਸ਼ਨ ਜਾਰੀ ਕੀਤਾ 2019 'ਚ, ਆਪਦਾ ਹੀ ਨੋਟੀਫਿਕੇਸ਼ਨ ਜਾਰੀ ਕਰਕੇ ਆਪ ਹੀ ਲਾਗੂ ਨਹੀਂ ਕੀਤਾ। ਹੁਣ ਜਿਹੜਾ ਇਹ ਕਿਹਾ ਜਾਂਦਾ ਜੀ ਇਹ ਜੀ ਖਤਰਨਾਕ ਸੀਗੇ ਜੀ ਇਹ ਹੀ ਵੋ ਜੀ, ਭਾਈ ਲਖਵਿੰਦਰ ਸਿੰਘ ਨਾਰੰਗਵਾਲ, ਭਾਈ ਸ਼ਮਸ਼ੇਰ ਸਿੰਘ ਸ਼ੇਰਾ, ਭਾਈ ਗੁਰਮੀਤ ਸਿੰਘ ਇੰਜੀਨੀਅਰ, ਜਿਹੜੇ ਬੇਅੰਤ ਸਿੰਘ ਮਰਡਰ ਕੇਸ ਸੀਗੇ ਉਹ ਆਏ ਨੇ, ਜਿਹੜੇ ਵੱਡੇ ਵੱਡੇ ਨਾਮੀ ਖਾੜਕੂ ਸੀਗੇ ਦਇਆ ਸਿੰਘ ਲਾਹੌਰੀਏ ਵਰਗੇ, ਲਾਲ ਸਿੰਘ ਵਰਗੇ, ਹਾਂਜੀ ਭਾਈ ਭੱਪ ਵਰਗੇ, ਉਹ ਸਾਰੇ ਬਾਹਰ ਆਏ ਨੇ, ਕਿਸੇ ਦੀ ਕੋਈ ਸ਼ਿਕਾਇਤ ਹੈਗੀ ਹੈ? ਭਾਈ ਗੁਰਦੀਪ ਸਿੰਘ ਖੈੜਾ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, 8 ਸਾਲਾਂ 'ਚੋਂ 4 ਸਾਲ ਉਹਨਾਂ ਨੇ ਬਾਹਰ ਪੈਰੋਲ ਕੱਟੀ ਹੈ, ਕਿਸੇ ਦੀ ਕੋਈ ਸ਼ਿਕਾਇਤ ਹੈਗੀ ਹੈ? ਸ਼ਿਕਾਇਤ ਕਿਸੇ ਦੀ ਨਹੀਂ ਗੀ, ਸਿਰਫ ਇਸ ਕਰਕੇ ਕਿ ਤੁਸੀਂ ਇਹ ਵੀ ਇਹ ਸਿੱਖ ਨੇ, ਹਾਂਜੀ, ਅਤੇ ਸਿੱਖਾਂ ਨੂੰ ਇਨਸਾਫ ਨਾ ਦਿਓ ਤਾਂ ਫਿਰ ਸਿੱਖਾਂ ਦੀ ਜਿਹੜੀ ਪਾਰਟੀ ਆ ਉਹ ਤਾਂ ਮਹਿਸੂਸ ਕਰੂ। ਸਮਝੌਤੇ ਦੇ ਉੱਤੇ ਇਹ ਤਾਂ ਗੱਲ ਚੱਲ ਰਹੀ ਹੈ ਕਿ ਨਹੀਂ ਦੱਸ ਦਿਓ ਬੰਦੀ ਸਿੰਘਾਂ ਵਾਲੀ? ਨਹੀਂ ਇਹ ਤਾਂ ਪਹਿਲ ਦੇ ਦਰ 'ਤੇ, ਇਹ ਤਾਂ ਪਹਿਲ ਦੇ ਦਰ 'ਤੇ ਵੈਸੇ ਹੀ ਆ, ਇਹ ਤਾਂ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਨੇ ਕਮੇਟੀ ਬਣਾਈ ਦੀ ਅਤੇ ਮੈਂ ਜਿਹਦਾ ਮੈਂ ਵੀ ਹਿੱਸਾ ਹਾਂ, ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਤੌਰ 'ਤੇ ਯਤਨ ਕਰ ਰਹੀ ਆ, ਸ਼੍ਰੋਮਣੀ ਅਕਾਲੀ ਦਲ ਆਪਣੇ ਤੌਰ 'ਤੇ ਯਤਨ ਕਰਦਾ ਆ, ਸ਼੍ਰੋਮਣੀ ਅਕਾਲੀ ਦਲ ਨੇ ਕਈ ਵਾਰ ਚਿੱਠੀਆਂ ਲਿਖੀਆਂ ਆ, ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਈ ਵਾਰ ਲਿਖੀਆਂ ਆ, ਮਿਲ ਕੇ ਵੀ ਗੱਲਾਂ ਹੋਈਆਂ ਨੇ, ਅੱਜ ਵੀ ਅਸੀਂ ਮੰਗ ਕਰਦੇ ਹਾਂ, ਹੁਣ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਪਤਾ ਨਹੀਂ ਕਿੰਨੀਆਂ ਈਮੇਲਾਂ 'ਤੇ ਕਿੰਨਾ ਕਿਉਂ, ਅਖੀਰ ਸਾਨੂੰ ਜਿਹੜਾ 6 ਫਰਵਰੀ ਨੂੰ ਸਾਨੂੰ ਟਾਈਮ ਵੀ ਦੇ ਦਿੱਤਾ ਗਿਆ ਸੀਗਾ 5 ਮੈਂਬਰੀ ਕਮੇਟੀ ਨੂੰ, ਹਾਂਜੀ ਵੀ ਡਵਾਲ ਸਾਹਿਬ ਦੇ ਨਾਲ ਤੁਹਾਡੀ ਮੀਟਿੰਗ ਜਿਹੜੀ ਇਸ ਸੰਬੰਧੀ ਕਰਵਾਈ ਜਾਊਗੀ, ਔਰ ਸਾਨੂੰ ਇਹ ਵੀ ਕਨਵੇ ਕਰ ਦਿੱਤਾ ਗਿਆ ਸੀ ਫਾਈਲ ਤਿਆਰ ਹੈ, ਹਾਂਜੀ ਅਤੇ ਅਖੀਰ 'ਤੇ ਮੌਕੇ 'ਤੇ ਆਣ ਕੇ 5 ਤਰੀਕ ਨੂੰ ਜਿਹੜੀ ਪੋਸਟਪੋਨ ਕਰ ਦਿੱਤੀ ਗਈ।